ਐਲੀਮੈਂਟਰੀ ਸਕੂਲਾਂ ਦੇ ਬੱਚੇ ਪੜ੍ਹਨਾ ਤਾਂ ਚਾਹੁੰਦੇ ਨੇ ਪਰ ਕਦੇ ਗਰੀਬੀ ਰਸਤੇ 'ਚ ਆ ਜਾਂਦੀ ਹੈ ਅਤੇ ਕਦੇ ਮੌਸਮ ਦੀ ਮਾਰ ਅਤੇ ਕਦੇ ਸਰਕਾਰਾਂ ਦੀ ਬੇਪਰਵਾਹੀ। ਇਹ ਗੁਰਦਾਸਪੁਰ ਦੇ ਸਰਕਾਰੀ ਸਕੂਲ ਨੇ। ਸਰਕਾਰ ਦਾਅਵੇ ਤਾਂ ਕਰਦੀ ਹੈ ਕਿ ਉਹ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਲਗਾਤਾਰ ਯਤਨਸ਼ੀਲ ਹੈ, ਪਰ ਇਹਨਾਂ ਬੱਚਿਆਂ ਦੀ ਜੋ ਸਰਕਾਰ ਅੱਗੇ ਦਰਖਾਸਤ ਹੈ ਉਹ ਸੁਣ ਕੇ ਸਰਕਾਰੀ ਸਿੱਖਿਆ ਖੇਤਰ ਦਾ ਹਾਲ ਮਾਲੂਮ ਹੁੰਦਾ ਹੈ। ਇਹ ਵਿਦਿਆਰਥੀ ਗਰੀਬ ਘਰਾਂ ਤੋਂ ਤਾਲੁਕ ਰੱਖਦੇ ਨੇ ਅਤੇ ਗਰੀਬੀ ਕਾਰਨ ਇਹ ਗਰਮ ਸਕੂਲੀ ਵਰਦੀ ਤੇ ਬੂਟ ਨਹੀਂ ਖਰੀਦ ਸਕਦੇ, ਪਰ ਸਰਕਾਰ ਨੇ ਇਹਨਾਂ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਅਤੇ ਬੂਟ ਮੁਹੱਈਆ ਕਰਾਉਣੇ ਹੁੰਦੇ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ, ਸਰਦੀ ਦਾ ਮੌਸਮ ਅੱਧਾ ਬੀਤ ਗਿਆ ਹੈ ਅਤੇ ਇਹਨਾਂ ਬੱਚਿਆਂ ਤੱਕ ਵਰਦੀਆਂ ਨਹੀਂ ਪਹੁੰਚੀਆਂ। ਸਰਕਾਰ ਨੂੰ ਇਹ ਗਰੀਬ ਬੱਚੇ ਠੰਡ ਦਾ ਤੇ ਗਰੀਬੀ ਦਾ ਵਾਸਤਾ ਪਾ ਰਹੇ ਨੇ। ਸਾਨੂੰ ਵਰਦੀਆਂ ਦੀ ਬਹੁਤ ਮੁਸ਼ਕਲ ਆ ਰਹੀ ਹੈ, ਸਾਡੇ ਮੰਮਾ ਪਾਪਾ ਬਹੁਤ ਗਰੀਬ ਹੈ। ਸਰਕਾਰ ਨੇ ਸਾਨੂੰ ਹਜੇ ਤੱਕ ਵਰਦੀਆਂ ਨਹੀਂ ਭੇਜੀਆਂ, ਪੂਰਾ ਸਿਆਲ ਲੰਘ ਗਿਆ ਅਤੇ ਹਜੇ ਤੱਕ ਸਾਨੂੰ ਵਰਦੀਆਂ ਨਹੀਂ ਮਿਲੀਆਂ। ਅਤੇ ਮੈਂ ਬਹੁਤ ਦੂਰ ਆਉਂਦਾ, ਕਈ ਮੌਕੇ ਮੈਨੂੰ ਸਕੂਲ ਆਉਣ 'ਚ ਬਹੁਤ ਦਿੱਕਤ ਹੁੰਦੀ ਹੈ। ਸਾਨੂੰ ਮੁਸ਼ਕਲ ਆਉਂਦੀ ਪਈ, ਸਾਨੂੰ ਵਰਦੀਆਂ ਨਹੀਂ ਮਿਲਦੀਆਂ, ਮੇਰੇ ਪਾਪਾ ਬੜੇ ਗਰੀਬ ਹਨ ਅਤੇ ਸਾਨੂੰ ਜਲਦ ਤੋਂ ਜਲਦ ਵਰਦੀਆਂ ਮਿਲ ਜਾਈਆਂ। ਅੱਧੀ ਸਰਦੀ ਹੋ ਗਈ, ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਤੁਹਾਨੂੰ ਉਹ ਦੇਵਾਂਗੇ ਵਰਦੀਆਂ, ਹਜੇ ਤੱਕ ਵਰਦੀਆਂ ਨਹੀਂ ਹੈ। ਸਰਕਾਰ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਲਦ ਤੋਂ ਜਲਦ ਵਰਦੀਆਂ ਨਾ। ਸਕੂਲ ਦੇ ਹੈੱਡਮਾਸਟਰ ਦਾ ਕਹਿਣਾ ਹੈ ਕਿ ਉਹ ਬਲਾਕ ਅਫਸਰ ਨੂੰ ਵਿਦਿਆਰਥੀਆਂ ਦੀਆਂ ਵਰਦੀਆਂ ਭੇਜਣ ਲਈ ਅਰਜ਼ੀ ਲਿਖ ਚੁੱਕੇ ਨੇ, ਪਰ ਉਹ ਫਿਲਹਾਲ ਇਹਨਾਂ ਵਰਦੀਆਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਨੇ। ਉਧਰ ਬਲਾਕ ਅਫਸਰ ਦਾ ਕਹਿਣਾ ਹੈ ਕਿ ਜਿਵੇਂ ਹੀ ਉਹਨਾਂ ਤੱਕ ਪੈਸੇ ਪਹੁੰਚਣਗੇ ਉਹ ਅੱਗੇ ਸਕੂਲਾਂ ਤੱਕ ਭੇਜ ਦੇਣਗੇ। ਮੇਰੇ ਸਕੂਲ ਦੇ ਵਿੱਚ ਤਕਰੀਬਨ 119 ਬੱਚੇ ਆ ਜੀ, ਅਤੇ ਤਕਰੀਬਨ ਸਾਰੇ ਬੱਚੇ ਜਿਹੜੇ ਆ ਨਾ ਉਹ ਸਲੰਮ ਏਰੀਏ ਦੇ ਵਿੱਚ ਹੀ ਸਾਰੇ, ਮਤਲਬ ਇੱਕ ਦਿਹਾੜੀਦਾਰਾਂ ਦੇ ਬੱਚੇ ਪੜ੍ਹਦੇ ਨੇ ਜ਼ਿਆਦਾ, ਅਤੇ ਜਿਨ੍ਹਾਂ ਨੂੰ ਅੱਜ ਤੱਕ ਵਰਦੀਆਂ ਨਾ ਮਿਲਣ ਕਰਕੇ ਉਹਨਾਂ ਦੀ ਮਤਲਬ ਸਕੂਲ ਦੇ ਵਿੱਚ ਜਿਹੜੀ ਸਟਰੈਂਥ ਉਹ ਵੀ ਘਟੀ ਹੋਈ ਹੈ। ਵਾਰ ਵਾਰ ਮਾਂ ਪਿਓ ਨੂੰ ਕਹਿਣ ਦੇ ਬਾਵਜੂਦ ਉਹਨਾਂ ਨੂੰ ਨਾ ਤਾਂ ਬੂਟ ਜੁਰਾਬਾਂ ਨਾ ਹੋਣ ਕਰਕੇ ਇੰਨੀ ਠੰਡ ਦੇ ਵਿੱਚ ਮਾਂ ਪਿਓ ਵੀ ਸਕੂਲਾਂ ਦੇ ਵਿੱਚ ਨਹੀਂ ਭੇਜਦੇ। ਬਾਕੀ ਸਾਨੂੰ ਕੋਲੋਂ ਬਲਾਕ ਵੱਲੋਂ ਵਰਦੀਆਂ ਦੀ ਡਿਮਾਂਡ ਮੰਗੀ ਗਈ ਸਕੂਲਾਂ ਵਾਈ, ਅਤੇ ਮੇਰੇ ਸੈਂਟਰ ਦੇ ਵਿੱਚ ਜਿਹੜੇ ਵੀ ਸਕੂਲ ਆਉਂਦੇ ਨੇ ਚਾਰ, ਉਹ ਸਾਰਿਆਂ ਨੇ ਹੀ ਤਕਰੀਬਨ ਜਿਹੜੀ ਆ ਕੈਟਾਗਰੀ ਵਾਈਜ਼ ਜਿਹੜੀਆਂ ਹੈਗੀਆਂ ਸੀਗੀਆਂ ਵਰਦੀਆਂ ਡਿਮਾਂਡ ਉਹ ਜਿਹੜੀ ਉਹ ਬਲਾਕ ਦਫ਼ਤਰ ਟੂ ਨੂੰ ਦੇ ਦਿੱਤੀ ਹੈ। ਸਰਕਾਰ ਨੇ ਵਰਦੀਆਂ ਦੇ ਸੰਬੰਧ ਵਿੱਚ ਡਿਮਾਂਡ ਸਾਡੇ ਕੋਲ ਮੰਗੀ ਸੀ, ਉਹ ਆਪਾਂ ਡਿਮਾਂਡ ਜਿਹੜੀ ਉਹ ਭੇਜ ਦਿੱਤੀ ਹੋਈ ਆ, ਅਤੇ ਉਹ ਸ਼ਾਇਦ ਛੇਤੀ ਆਜੂਗੀ। ਜੇ ਉਹ ਆਵੇਗੀ ਸਾਡੇ ਕੋਲ ਰਕਮ ਆਜੂਗੀ, ਅਸੀਂ ਉਹ ਸੰਬੰਧਿਤ ਸਕੂਲਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦੇਵਾਂਗੇ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਆਖਿਰ ਕਦੋਂ ਇਹਨਾਂ ਗਰੀਬ ਵਿਦਿਆਰਥੀਆਂ ਨੂੰ ਗਰਮ ਵਰਦੀ ਅਤੇ ਬੂਟ ਵੰਡੇਗੀ, ਕਿਉਂਕਿ ਸਰਦੀ ਦਾ ਮੌਸਮ ਤਾਂ ਹੁਣ ਅੱਧਾ ਨਿਕਲ ਚੁੱਕਾ ਹੈ। ਸ਼ਾਇਦ ਜਲਦ ਹੀ ਸਰਕਾਰ ਨੀਂਦ ਤੋਂ ਜਾਗੇਗੀ ਅਤੇ ਉਸਨੂੰ ਇਹਨਾਂ ਵਿਦਿਆਰਥੀਆਂ ਨਾਲ ਕੀਤਾ ਵਾਅਦਾ ਯਾਦ ਆਵੇਗਾ। ਪਰ ਜੋ ਵਿਦਿਆਰਥੀ ਠੰਡ ਕਾਰਨ ਸਕੂਲ ਨਹੀਂ ਆ ਪਾ ਰਹੇ, ਆਖਿਰ ਉਹਨਾਂ ਦੀ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, TV ਪੰਜਾਬ।